ਸਤਿ ਸ਼੍ਰੀ ਅਕਾਲ ਜੀ, ਗੋਰਾ ਟੈਲ ਸਟੋਰ ਰਾਮਪੁਰਾ ਫੂਲ ਜੀ। ਅੱਜ ਤੁਹਾਨੂੰ ਵਿਖਾ ਰਹੇ ਜੀ 13 ਰੁਪਈਏ ਫੁੱਟ ਦੇ ਵਿੱਚ ਟੈਲ, ਠੀਕ ਹੈ ਜੀ। ਵਾਲ ਟੈਲ 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਵਿਖਾਊਗਾ, ਇਹਨਾਂ ਨੇ ਸੋਹਣੇ ਰੰਗ ਵਿਖਾਊਗਾ ਜੀ, ਬਹੁਤ ਟੌਪ ਦੀ ਕੁਆਲਿਟੀ ਵਿਖਾਉਣੀ ਹੈ ਤੁਹਾਨੂੰ ਜੀ, 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਜੀ, ਠੀਕ ਹੈ ਜੀ। 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਜੀ ਤੁਹਾਨੂੰ ਟੈਲ ਵਿਖਾ ਰਿਹਾ ਜੀ, ਠੀਕ ਹੈ ਜੀ। ਇੱਕ ਗੱਲ ਹੋਰ ਸਰ, ਤੁਹਾਨੂੰ ਹਰ ਗੇੜੇ ਅਸੀਂ ਕਹਿੰਦੇ ਹਾਂ, ਹਰ ਵੀਡੀਓ 'ਚ ਕਹਿੰਦੇ ਹਾਂ ਜੀ, ਬਈ ਤੁਸੀਂ ਗੋਰਾ ਟੈਲ ਸਟੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ ਜੀ। ਫੋਲੋ ਕਰ ਲਓ ਫੇਸਬੁੱਕ 'ਤੇ ਵੀ ਆ, ਯੂਟਿਊਬ 'ਤੇ ਵੀ ਆ। ਸਾਨੂੰ ਚੈਨਲ ਦਾ ਲਾਲਚ ਨਹੀਂ ਹੈ ਜੀ, ਅਸੀਂ ਤੁਹਾਨੂੰ ਜਾਣਕਾਰੀ ਦੇਣੀ ਹੈ ਟੈਲ ਬਾਰੇ, ਠੀਕ ਹੈ ਜੀ। ਤੁਸੀਂ ਆਪਦੇ ਘਰ ਲਵਾਉਣੀ ਆ, ਤੁਹਾਨੂੰ ਹਰ ਇੱਕ ਨਵੀਂ ਚੀਜ਼ ਦੇਣੀ ਆ, ਹਰ ਇੱਕ ਨਵੀਂ ਵਰਾਇਟੀ ਵਿਖਾਉਣੀ ਆ ਤੁਹਾਡੇ ਵਾਸਤੇ ਜੀ। ਲੈ ਕੇ ਆਵਾਂਗੇ ਵਾਰ ਵਾਰ ਵੀਡੀਓ, ਇਸੇ ਕਰਕੇ ਲੈ ਕੇ ਆਉਂਦੇ ਹਾਂ ਬਈ ਤੁਹਾਨੂੰ ਚੀਜ਼ਾਂ ਬਾਰੇ ਜਾਣੂ ਕਰਾਈਏ। ਇਹ ਗੱਲ ਨਹੀਂ ਹੈ ਬਈ ਮੈਥੋਂ ਹੀ ਆ ਕੇ ਲਓ, ਨਹੀਂ ਪਰ ਮੈਥੋਂ ਥੋੜ੍ਹੀ ਕਣੀ ਤੁਹਾਨੂੰ ਚੀਜ਼ ਦੀ ਕੁਆਲਿਟੀ ਬਾਰੇ ਪਤਾ ਲੱਗ ਜਾਂਦਾ ਗਾ, ਚੀਜ਼ ਦੀ ਰੇਟ ਬਾਰੇ ਪਤਾ ਲੱਗ ਜਾਂਦਾ ਗਾ, ਠੀਕ ਹੈ ਜੀ। ਲੈ ਜਿੱਥੋਂ ਮਰਜ਼ੀ ਲਓ, ਪਰ ਤੁਹਾਨੂੰ ਜਾਣੀ ਕਿ ਜਿਹੜੀ ਤੁਹਾਡੇ ਨਾਲ ਲੁੱਟ ਹੁੰਦੀ ਆ, ਕਹਿਣ ਦਾ ਮਤਲਬ ਰੇਟ ਜ਼ਿਆਦਾ ਲੱਗਦੇ ਆ ਜਿੱਥੇ, ਉਹ ਨਾ ਹੋਊਗਾ, ਠੀਕ ਹੈ ਜੀ। ਇਸੇ ਕਰਕੇ ਤੁਹਾਨੂੰ ਕਹਿੰਦੇ ਆ ਗੋਰਾ ਟੈਲ ਸਟੋਰ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਜੀ, ਠੀਕ ਹੈ ਜੀ। ਹੋਰ ਤੁਹਾਨੂੰ ਵਿਖਾ ਰਹੇ ਹਾਂ, ਆ ਜਾਓ ਵੀਰ ਜੀ। 13 ਰੁਪਈਏ ਫੁੱਟ ਦੇ ਵਿੱਚ ਜੀ 12-18 ਦੀ ਟੈਲ ਲੈ ਲਓ, 12-24 ਦੀ ਲੈ ਲਓ, ਠੀਕ ਹੈ ਜੀ। ਬਹੁਤ ਸੋਹਣੇ ਸੋਹਣੇ ਰੰਗ ਮਿਲਣਗੇ ਜੀ 13 ਰੁਪਈਏ ਸਕੇਅਰ ਫੁੱਟ ਦੇ ਵਿੱਚ। ਆਹ ਦੇਖੋ ਜੀ, ਕੋਈ ਐਂ ਨਹੀਂ ਕਹਿ ਸਕਦਾ ਬਈ ਇਹ 13 ਰੁਪਈਏ ਸਕੇਅਰ ਫੁੱਟ ਵਾਲੀ ਟੈਲ ਆ, ਲੋਟ ਵਾਲੀ ਟੈਲ ਆ ਜੀ, ਠੀਕ ਹੈ ਜੀ। 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਜੀ, ਜਿੰਨਾ ਮਰਜ਼ੀ ਸਟੋਕ ਲੈ ਲਓ ਜੀ, 100 ਫੁੱਟ, 200 ਫੁੱਟ, 300 ਫੁੱਟ, 400 ਫੁੱਟ। ਆਹ ਦੇਖੋ ਜੀ, ਵਾਈਟ ਕਲਰ ਵੀ ਮਿਲ ਜੂਗਾ ਤੁਹਾਨੂੰ ਜੀ 13 ਰੁਪਈਏ ਸਕੇਅਰ ਫੁੱਟ ਦੇ ਵਿੱਚ। ਆਹ ਦੇਖੋ ਵੀਰ ਜੀ, ਕਿੰਨੇ ਸੋਹਣੇ ਸੋਹਣੇ ਰੰਗ ਪਏ ਆ ਜੀ 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਜੀ। ਸਿਰਫ 13 ਰੁਪਈਏ ਸਕੇਅਰ ਫੁੱਟ ਦੇ ਵਿੱਚ ਜਿੰਨੀ ਮਰਜ਼ੀ ਕੁਆਂਟਿਟੀ ਲੈ ਲਓ ਜੀ, ਠੀਕ ਹੈ ਜੀ। 100 ਫੁੱਟ, 200 ਫੁੱਟ, 300 ਫੁੱਟ। ਪਹਿਲਾਂ ਕੀ ਸੀਗਾ ਜੀ, ਕੰਪਨੀਆਂ ਬੰਦ ਹੋਣ ਦੇ ਕਾਰਨ ਨਹੀਂ ਸਟਾਕ ਘਟ ਜਾਂਦਾ ਜੀ, ਠੀਕ ਹੈ। ਪਰ ਹੁਣ ਕੋਈ ਸਟਾਕ ਦੀ ਤੋੜ ਨਹੀਂ ਹੈ ਜੀ, ਜਿੰਨਾ ਮਰਜ਼ੀ ਆ ਕੇ ਲੈ ਲਓ ਗੋਰਾ ਟੈਲ ਸਟੋਰ ਤੋਂ 13 ਰੁਪਈਏ ਸਕੇਅਰ ਫੁੱਟ ਦੇ ਵਿੱਚ। ਆ ਦੇਖੋ ਲੋਟ ਵਾਲਾ ਜੀ 13 ਰੁਪਈਏ ਸਕੇਅਰ ਫੁੱਟ ਆ ਜੀ। ਆ ਦੇਖੋ ਵੱਡੇ ਵੱਡੇ ਸਟਾਕ ਪਏ ਨੇ, ਵੱਡੇ ਵੱਡੇ ਲੋਟ ਪਏ ਆ। 200 ਫੁੱਟ ਲੈ ਲਓ, 300 ਫੁੱਟ ਲੈ ਲਓ, 400 ਫੁੱਟ ਲੈ ਲਓ, ਜਿੰਨਾ ਮਰਜ਼ੀ ਲੈ ਲਓ ਜੀ, ਠੀਕ ਹੈ ਜੀ। ਆ ਦੇਖੋ ਐਲੀਵੇਸ਼ਨ ਵਾਲੇ ਜੀ 13 ਰੁਪਈਏ ਫੁੱਟ ਜੀ। ਕਰਦੇ ਹੋ ਵਿਸ਼ਵਾਸ ਤੁਸੀਂ? ਨਹੀਂ ਕਰਦੇ ਜੀ, 13 ਰੁਪਈਏ ਫੁੱਟ 'ਚ ਲੈ ਲਓ, ਜਿੰਨਾ ਮਰਜ਼ੀ ਆ ਕੇ ਲੈ ਜਾਓ ਗੋਰਾ ਟੈਲ ਸਟੋਰ ਤੋਂ। ਆਹ ਦੇਖੋ ਜੀ ਵੁੱਡਨ ਵਾਲਾ, ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚ 60-65 ਰੁਪਈਏ ਸਕੇਅਰ ਫੁੱਟ ਦਾ ਮਿਲਦਾ, 13 ਰੁਪਈਏ ਫੁੱਟ 'ਚ ਮਿਲਣਾ। ਆਹ ਦੇਖੋ ਫਲੋਵਰ ਵਾਲੇ ਜੀ, ਕਿੰਨੇ ਕਿੰਨੇ ਸੋਹਣੇ ਰੰਗ ਪਏ ਆ ਸਿਰਫ 13 ਰੁਪਈਏ ਫੁੱਟ ਦੇ ਵਿੱਚ, ਠੀਕ ਹੈ ਜੀ। ਵਰਾਇਟੀ ਬਹੁਤ ਆਈ, ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲ ਜੂਗੀ। ਵੀਰ ਜੀ ਕੈਮਰਾ ਘੁਮਾ ਦਿਓ ਇੱਧਰ ਜੀ, ਠੀਕ ਹੈ ਜੀ। ਹੋਰ ਵੀ ਤੁਹਾਨੂੰ ਵਿਖਾ ਰਿਹਾ ਇੱਕ ਗੱਲ ਹੋਰ ਜੀ, ਆ ਦੇਖੋ ਜੀ, ਇਹ ਆ ਗਈ 12-24 ਦੀ ਟੈਲ ਜੀ, 12-24 ਦੀ ਟੈਲ ਆ ਗਈ, ਵੱਡਾ ਸਾਈਜ਼ ਆ ਗਿਆ। ਇਹਦਾ ਵੀ ਰੇਟ ਅਲੱਗ ਨਹੀਂ ਹੈ, ਇਹ ਵੀ ਸਿਰਫ ਤੁਹਾਨੂੰ ਮਿਲੂਗੀ 13 ਰੁਪਈਏ ਫੁੱਟ 'ਚ, ਠੀਕ ਹੈ ਜੀ। ਸਟਾਕ ਬਹੁਤ ਵੱਡੇ ਵੱਡੇ ਸਟਾਕ ਪਏ ਆ ਜੀ, ਠੀਕ ਹੈ ਜੀ। 13 ਰੁਪਈਏ ਫੁੱਟ ਦੇ ਵਿੱਚ, ਆ ਦੇਖੋ ਜੀ, ਸਿਰਫ 13 ਰੁਪਈਏ ਫੁੱਟ ਦੇ ਵਿੱਚ ਜਿੰਨਾ ਮਰਜ਼ੀ ਲੈ ਲਓ ਜੀ। 12-24 ਦੀ ਟੈਲ, ਵੱਡਾ ਸਾਈਜ਼ ਹੈ ਜੀ, 12-24 ਦਾ ਸਾਈਜ਼ ਹੈ ਜੀ, 13 ਰੁਪਈਏ ਫੁੱਟ ਦੇ ਵਿੱਚ, ਠੀਕ ਹੈ ਜੀ। ਕਲਰ ਬਹੁਤ ਮਿਲ ਜਾਣਗੇ, ਕਲਰ ਮੈਂ ਤੁਹਾਨੂੰ ਹੋਰ ਵੀ ਵਿਖਾ ਰਿਹਾ ਜੀ। ਆ ਦੇਖੋ 12-24 ਦੀ ਟੈਲ ਆ ਜੀ, 13 ਰੁਪਈਏ ਫੁੱਟ ਦੇ ਵਿੱਚ, ਜਿੰਨੀ ਮਰਜ਼ੀ ਆ ਕੇ ਲੈ ਲਓ ਜੀ। ਹੋਰ ਵੀ ਤੁਹਾਨੂੰ ਵਰਾਇਟੀਆਂ ਮਿਲ ਜਾਣਗੀਆਂ ਜੀ। ਆ ਦੇਖੋ ਇਹ ਵੀ 13 ਰੁਪਈਏ ਫੁੱਟ 'ਚ ਹੀ ਹੈ ਜੀ, ਸਾਰੀ 13 ਰੁਪਈਏ ਫੁੱਟ 'ਚ ਹੈ ਜੀ। ਅੱਜ ਵੀਰ ਜੀ ਇੱਧਰ ਪ੍ਰੀਮੀਅਮ ਕੁਆਲਿਟੀ ਵਿਖਾਉਣੀ ਆ ਤੁਹਾਨੂੰ ਜੀ, ਪ੍ਰੀਮੀਅਮ ਕੁਆਲਿਟੀ ਵਿਖਾਉਣੇ ਆ। ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬ੍ਰੈਂਡ ਵੀ ਤੁਹਾਨੂੰ ਵਿਖਾਵਾਂਗੇ, ਵੱਡੇ ਵੱਡੇ ਸਾਈਜ਼ ਤੁਹਾਨੂੰ ਵਿਖਾਵਾਂਗੇ ਜੀ, ਠੀਕ ਹੈ ਜੀ। ਆ ਦੇਖੋ ਫਲੋਰ ਟੈਲ ਹੈ ਜੀ, 1.5x1.5 ਦੀ, 16x16 ਦੀ, ਪਿਆਰੀਆ ਕੰਪਨੀ ਦੀ, ਰੇਟ 28 ਰੁਪਈਏ ਫੁੱਟ ਜੀ, ਓਨਲੀ 28 ਰੁਪਈਏ ਫੁੱਟ। ਜਿਹੜੀ ਤੁਹਾਨੂੰ 50 ਰੁਪਈਏ, 60 ਰੁਪਈਏ ਬਾਜ਼ਾਰਾਂ 'ਚ ਮਿਲਦੀ ਆ, ਉਹ ਤੁਹਾਨੂੰ ਮਿਲਦੀ ਆ 28 ਰੁਪਈਏ ਫੁੱਟ ਜੀ, ਪਿਆਰੀਆ ਕੰਪਨੀ ਦੀ, 16x16 ਦੀ। ਹੋਰ ਵੀ ਤੁਹਾਨੂੰ ਵਰਾਇਟੀ ਬਹੁਤ ਵਿਖਾ ਰਿਹਾ ਜੀ। ਦੇਖੋ ਇੱਧਰ ਸਟਾਕ ਦੇਖੋ ਜੀ, ਸਟਾਕ ਦੀ ਕੋਈ ਕਮੀ ਨਹੀਂ ਹੈ ਜੀ, ਠੀਕ ਹੈ ਜੀ। ਜਿੰਨੇ ਮਰਜ਼ੀ ਕਲਰ 'ਚ, ਆਪਸ਼ਨ 'ਚ ਕਲਰ ਬਹੁਤ ਮਿਲ ਜਾਣਗੇ। ਆਹ ਦੇਖੋ ਜੀ ਵੱਡੇ ਵੱਡੇ, ਕਿਆ ਬਾਤ ਹੈ ਜੀ, ਕਿੱਡੇ ਕਿੱਡੇ ਸਾਈਜ਼ ਲੱਗੇ ਹੋਇਆ, ਕਿੰਨਾ ਸੋਹਣਾ ਕਲਰ ਆ ਜੀ, ਵਾਈਟ ਐਂਡ ਬਲੈਕ ਜੀ। ਬਾਥਰੂਮ ਅੱਜ ਬਹੁਤ ਸੋਹਣਾ ਕੰਸੈਪਟ ਲੱਗਦਾ ਜੀ ਇਹਦਾ ਹੀ ਅੱਜ ਕੱਲ੍ਹ ਜੀ, ਅਤੇ ਦੁਕਾਨਦਾਰ ਮੂੰਹੋਂ ਮੰਗੇ ਰੇਟ ਲੈਂਦਾ ਇਹਦੇ ਜੀ, ਆਹ ਕੰਸੈਪਟ ਦੇ ਦੁਕਾਨਦਾਰ ਮੂੰਹੋਂ ਮੰਗੇ ਰੇਟ ਲੈਂਦਾ ਜੀ, 70 ਰੁਪਈਏ, 80 ਰੁਪਈਏ ਫੁੱਟ ਤੱਕ ਦੇ ਰੇਟ ਲੈਂਦੇ ਆ। ਪਰ ਗੋਰਾ ਟੈਲ ਸਟੋਰ 'ਤੇ ਜਦੋਂ ਮਰਜ਼ੀ ਆ ਜਾਓ, 2x4 ਦੀ ਹਾਈ ਗਲੋਸ ਟੈਲ ਮਿਲਣੀ ਆ ਤੁਹਾਨੂੰ 35 ਰੁਪਈਏ ਫੁੱਟ ਜੀ, ਜਿੰਨੀ ਮਰਜ਼ੀ ਲੈ ਲਿਓ ਜੀ, ਠੀਕ ਹੈ ਜੀ। ਹੋਰ ਵੀ ਤੁਹਾਨੂੰ ਵਰਾਇਟੀ ਤੁਹਾਨੂੰ ਬਹੁਤ ਵਿਖਾਉਣੀ ਹੈ ਜੀ, ਕੁਆਂਟਿਟੀ ਕੁਆਂਟਿਟੀ ਬਹੁਤ ਪਈ ਹੈ ਜੀ, ਵੱਡਾ ਵੱਡਾ ਸਟੋਕ, ਬਹੁਤ ਵੱਡਾ ਸਟੋਕ ਹੈ ਜੀ,
ਇੱਕ ਪਾਰਕਿੰਗ ਟਾਇਰ ਵਿਖਾਉਣੀ ਹੈ ਜੀ। ਤੁਹਾਡੇ ਜ਼ਿਆਦਾਤਰ ਮੈਸੇਜ ਆਉਂਦੇ ਆ ਬਈ ਵਿਹੜੇ 'ਚ ਟਾਇਰ ਲਾਉਣੀ ਹੈ ਯਾਰ, ਬਈ ਜਿੱਥੇ ਪੈਰ ਵੀ ਨਾ ਤਿਲਕੇ ਅਤੇ ਵਜਨ ਵਾਲੀਆਂ ਗੱਡੀਆਂ ਕਾਰ ਜੀਪਾਂ ਵਗੈਰਾ ਵੀ ਆਪਣੀਆਂ ਟਰੈਕਟਰ ਟਰਾਲੀਆਂ ਵੀ ਆਮ ਜੀ ਗੱਲ ਆ ਬਈ ਵਿਹੜੇ 'ਚ ਲਾਉਣੀ ਹੈ ਜੀ, ਠੀਕ ਹੈ ਜੀ। ਉਹਦੇ ਵਾਸਤੇ ਆ ਜਾਂਦੀ ਹੈ ਪਾਰਕਿੰਗ ਟਾਇਰ ਜੀ। ਪਾਰਕਿੰਗ ਟਾਇਰ ਇਹ ਆ ਜਾਂਦੀ ਹੈ 12 mm ਥਿਕਨੈਸ 'ਚ ਆ ਜਾਂਦੀ ਆ, ਜਿਹਨੂੰ ਕਲਰ 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 ਆਪਸ਼ਨ ਬਹੁਤ ਮਿਲ ਜਾਂਦੇ ਆ। ਆਹ ਦੇਖੋ ਜੀ, ਇੱਕ ਹੱਥ ਨਾਲ ਚੱਕੀ ਨਹੀਂ ਜਾਂਦੀ, ਬਹੁਤ ਹੈਵੀ ਆ ਜੀ। ਇਹ ਤਾਂ ਅਸੀਂ JCB ਵੀ ਚੜਾ ਕੇ ਵਿਖਾਈ ਹੋਈ ਆ, ਪਹਿਲਾਂ ਵੀ ਵੀਡੀਓ ਪਾਈ ਹੋਈ ਆ, ਇਹ ਤਾਂ JCB ਚੜਾਈ ਹੋਈ ਆ ਜੀ, ਵੱਡੀ ਮਸ਼ੀਨ ਜੀ, ਠੀਕ ਹੈ ਜੀ। ਇਹਨੂੰ ਕੁਛ ਨਹੀਂ ਹੁੰਦਾ, ਟਰੈਕਟਰ ਟਰਾਲੀ ਆ ਜੀ, ਤੇ ਜਿਵੇਂ ਮਰਜ਼ੀ ਚੜਾਈ ਚੱਲੋ ਜੀ। ਕਲਰ ਆਪਸ਼ਨ ਬਹੁਤ ਮਿਲ ਜਾਣਗੇ ਜੀ। ਇਹਦਾ ਵੀ ਰੇਟ ਤੁਹਾਨੂੰ ਦੇਣਾ ਸਿਰਫ 300 rupees ਦਾ ਬਾਕਸ ਜੀ। ਬਾਜ਼ਾਰ ਦਾ ਰੇਟ 400 rupees ਦਾ ਬਾਕਸ ਹੈ ਜੀ ਇਹਦਾ ਜੀ, ਇਹ ਤੁਹਾਨੂੰ ਦੇਣਾ 300 rupees ਦਾ ਬਾਕਸ ਪਾਰਕਿੰਗ ਟਾਇਰ ਜੀ, ਠੀਕ ਹੈ ਜੀ। ਆਹ ਦੇਖੋ ਜੀ ਜੀ, ਟਰਾਲਿਆਂ ਦੇ ਟਰਾਲੇ ਭਰ ਕੇ ਲਿਆਉਣੇ ਆ ਜੀ, ਕੋਈ ਐਂ ਨਹੀਂ ਵੀ ਛੋਟੀ ਕੁਆਂਟਿਟੀ ਦੇ ਵਿੱਚ ਲੈ ਕੇ ਆਉਣੇ ਆ। ਪਾਰਕਿੰਗ ਟਾਇਰ ਲਿਆਉਂਦੀ ਆ ਤੁਹਾਡੇ ਵਾਸਤੇ ਟਰਾਲਿਆਂ ਦੇ ਟਰਾਲੇ ਭਰ ਕੇ ਜੀ ਵੱਡੇ। ਹੈਵੀ ਡਿਊਟੀ ਜੀ, ਹੈਵੀ ਡਿਊਟੀ ਵਿਟਰੀ ਫੈਟ ਟਾਇਰ ਜੀ, ਠੀਕ ਹੈ ਜੀ। 400x400 ਹੋਰ ਵੀ ਤੁਹਾਨੂੰ ਦੱਸਦਾ ਜੀ, ਜ਼ਿਆਦਾਤਰ ਤੁਹਾਨੂੰ 350x350 ਇਹ 400x400 ਆ ਜੀ, ਠੀਕ ਹੈ ਜੀ। ਪੂਰੀ ਜਾਣੀ ਕਿ 16x16 ਦੀ ਪੂਰੀ ਟਾਇਲ ਹੈ ਜੀ, ਹੈਵੀ ਡਿਊਟੀ ਜੀ, ਵਿਹੜੇ ਚਲਾਉਣ ਵਾਸਤੇ ਹੈਵੀ ਟਾਇਲ ਹੈ ਜੀ ਇਹ। ਪਾਰਕਿੰਗ ਜੀ 12 mm ਥਿਕਨੈਸ ਹੈ ਜੀ ਪੂਰੀ, ਚਾਹੇ ਤਾਂ JCB ਚੜ੍ਹਾਈ ਚਲੋ, ਟਰੈਕਟਰ ਟਰਾਲੀਆਂ ਤਾਂ ਆਮ ਜੀ ਗੱਲ ਹੈ ਜੀ, ਜਿਵੇਂ ਮਰਜ਼ੀ ਇਹਨੂੰ ਵਰਤੋ ਜੀ ਵਿਹੜੇ ਦੇ ਵਿੱਚ, ਠੀਕ ਹੈ। ਕਲਰ ਆਪਸ਼ਨ ਬਹੁਤ ਮਿਲ ਜੂ ਜੀ, ਕਲਰ ਆਪਸ਼ਨ ਦੇ ਵਿੱਚ ਗਰੇ ਜ਼ਿਆਦਾਤਰ, ਗਰੇ ਵਾਈਟ ਦਾ, ਗਰੇ ਲਾਈਟ ਡਾਰਕ ਦਾ ਜ਼ਿਆਦਾ ਟ੍ਰੈਂਡ ਹੈ ਜੀ, ਠੀਕ ਹੈ ਜੀ। ਮਿਲ ਜਾਣਗੇ ਜੋ ਵੀ ਕਲਰ ਤੁਸੀਂ, ਬਰਾਊਨ ਮਿਲ ਜੂਗਾ ਜੀ ਤੁਹਾਨੂੰ, ਬਰਾਊਨ ਗਰੇ, ਬਰਾਊਨ ਲਾਈਟ ਗਰੇ ਜੋ ਵੀ ਹੈ ਜੀ ਮਿਲ ਜੂਗਾ, ਕਲਰ ਆਪਸ਼ਨ ਬਹੁਤ ਮਿਲ ਜੂਗੀ ਜੀ, ਠੀਕ ਹੈ ਜੀ। ਹੋਰ ਵੀ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਵਾਂਗੇ ਜੀ, ਵਰਾਇਟੀ ਲੈ ਕੇ ਆਵਾਂਗੇ ਜੀ, ਨਵੀਆਂ ਨਵੀਆਂ ਆਈਟਮਾਂ ਲੈ ਕੇ ਆਵਾਂਗੇ ਜੀ, ਠੀਕ ਹੈ ਜੀ। ਬੋਰਾ ਟਾਇਰ ਸਟੋਰ ਆਪਣਾ।